ਸਤਿ ਸ਼੍ਰੀ ਅਕਾਲ ਜੀ, ਅੱਜ ਦੇ ਵਲੋਗ ਵਿੱਚ ਤੁਹਾਡਾ ਸਵਾਗਤ ਹੈ। ਹੋਰ ਤੁਸੀਂ ਸਭ ਠੀਕ ਠਾਕ ਹੋ? ਸਵੇਰ ਦਾ ਟਾਈਮ ਹੈ ਔਰ ਥੋੜ੍ਹੀ ਥੋੜ੍ਹੀ ਠੰਡ ਪੈਣ ਲੱਗ ਗਈ ਆ ਹੁਣ, ਅਤੇ ਇਸ ਕਰਕੇ ਪੂਰੀ ਫੈਮਿਲੀ ਦੇ ਆਪਾਂ ਸ਼ੋਲ ਕੋਟੀਆਂ ਅਤੇ ਲੋਈਆਂ ਅਤੇ ਸਭ ਜਿਹੜੇ ਆ ਮੋਟੇ ਕੱਪੜੇ ਆਪਾਂ ਕੱਢ ਲਏ ਆ। ਅਤੇ ਹਾਂਜੀ, ਹੁਣ ਆਪਾਂ ਲੱਗੇ ਸੀਗੇ ਮੱਖਣੀ ਕੱਢਣ ਵਾਸਤੇ, ਇੱਧਰ ਮਧਾਣੀ ਪਾ ਰੱਖੀ ਸੀ, ਘਿਓ ਆ ਗਿਆ ਅਤੇ ਮੋਰਨਿੰਗ ਰੂਟੀਨ ਆਪਣਾ ਹੋ ਗਿਆ ਸਟਾਰਟ। ਇੱਧਰ ਗਾਰਡਨ ਵਿੱਚ ਲੱਗ ਰਿਹਾ ਆ ਪਾਣੀ, ਇੱਕ ਕੈਰੀ ਵਿੱਚ ਲਾਤਾ ਤਾਂ ਫਿਰ ਲਾਉਣਾ ਦੂਜੀ ਕੈਰੀ ਵਿੱਚ, ਥੋੜ੍ਹਾ ਜਿਹਾ ਇੱਥੋਂ ਸੁੱਕਾ ਰਹਿ ਗਿਆ। ਮਾਤਾ ਸਾਡੀ ਸਾਗ ਛਿੱਲੀ ਜਾਂਦੀ ਹੈ, ਅੱਜ ਬਣਾਉਣਾ ਸਾਗ। ਅੱਗੇ ਨਿੰਬੂ, ਨਿੰਬੂਆਂ ਦਾ ਪਲਾਂਟ, ਪੱਲੀ ਲੈ ਜਾ। ਉਹਦੇ ਵਿੱਚ ਨਹੀਂ ਲੈ ਕੇ ਆਉਣੇ, ਟਰਾਲੀ 'ਚ ਨਹੀਂ ਲੈ ਕੇ ਆਉਣੇ? ਮੇਥੇ ਫਿਰ ਕਿੱਥੋਂ ਲਿਆਉਣੇ ਆ? ਉੱਥੋਂ ਲਿਆਉਂਗੇ, ਹੱਥੇ 'ਚ ਹੈ ਨਹੀਂ? ਨਹੀਂ ਤਾਂ ਪਾਲਕ ਹੋਰ ਤੋੜ ਨਹੀਂ ਸੀ, ਫਿਰ ਇੱਧਰ ਗਿੱਲਾ ਗਿੱਲਾ ਹੋ ਜੂਗਾ ਨਾ ਫਿਰ ਇੱਧਰੋਂ। ਹੋਰ ਲਓ ਜੀ, ਅੱਜ ਫਿਰ ਸਾਗ ਦੀ ਵਾਰੀ ਆ ਗਈ। ਹੁਣ ਦੋ ਦਿਨ ਮੌਜਾਂ, ਕੋਈ ਸਬਜ਼ੀ ਨਹੀਂ ਬਣਾਉਣੀ ਪੈਣੀ, ਦੋ ਦਿਨ ਖਾਵਾਂਗੇ ਸਾਗ। ਉਹ ਪਾੜਦੀ ਨਹੀਂ ਸੀਗੀ, ਕੰਬਲ ਨੇ ਖਾਖੀ ਜੀ ਲੀਆਂ ਵਾਲੀ ਲੰਮੀ ਜੀ ਚਾਦਰ ਜੀ ਸੀਗੀ ਤੇ ਪਾਟ ਗਈ ਉਹ। ਆ ਦੇ ਤਾਂ ਇਹ ਵੀ ਖਾਣਾ ਹੀ ਹੈ, ਉਹਨੇ ਮੈਂ ਪਾ ਕੇ ਰੱਖਿਆ ਹਜੇ। ਛਿਟਕੇ ਲਓ, ਫਿਰ ਬਣਾਵਾਂਗੇ ਇਸਨੂੰ, ਕਰਾਂਗੇ ਮਿਕਸ ਦੁੱਧ ਚ ਪਾਉਣ ਵਾਸਤੇ। ਇੱਧਰ ਬਣ ਗਈ ਚਾਹ, ਹੁਣ ਪੀਂਦੇ ਹਾਂ ਚਾਹ ਬੇਸਣ ਦੇ ਨਾਲ। ਪਾਪਾ ਪਤਾ ਨਹੀਂ ਕਿਹੜਾ ਮਕੈਨਿਕ ਲਿਆ ਕੁੱਕਰ ਸਹੀ ਕਰਨ ਨਾਲ, ਤਕੜਾ ਹੀ ਲੱਗਦਾ ਕੋਈ। ਆਪਾਂ ਨੂੰ ਘਰ ਦੀ ਚੀਜ਼ ਨਹੀਂ ਵਧੀਆ ਲੱਗਦੀ ਹੈ ਬਣੀ ਹੋਈ। ਮਨਵੀਰ ਹੈ, ਬਿਸਕਿਟ ਖਾਈ ਜਾਂਦਾ ਹੈ ਨਹੀਂ, ਬੇਸਣ ਦੀ ਬਰਫੀ ਖਾ ਲਾ, ਉਹ ਨਹੀਂ ਸਵਾਦ ਲੱਗਦੀ। ਨਾਰੀਅਲ ਵਿੱਚ ਹੀ ਪਾਤਾ ਸੀ, ਮਤਲਬ ਗਾਰਨਿਸ਼ ਕਰਨਾ ਸੀ ਨਾ, ਸੋਹਣਾ ਲੱਗਦਾ। ਲਓ ਜੀ, ਹੁਣ ਆਹ ਟਿੱਕੀਆਂ ਕੁਛ ਰਹਿ ਗਈਆਂ ਸੀਗੀਆਂ ਰਾਤ ਕੱਟਣ ਵਾਲੀਆਂ, ਇਹ ਹੁਣ ਮੈਂ ਕੱਟ ਕੇ ਅਤੇ ਇੱਧਰ ਜਾਂਦੇ ਡੱਬੇ ਡੱਬਿਆਂ ਦੇ ਵਿੱਚ ਪਾ ਕੇ ਰੱਖਦੇ ਹਾਂ ਆਪਾਂ, ਪੈਕ ਕਰਕੇ ਫਰਿੱਜ ਦੇ ਵਿੱਚ ਰੱਖ ਦਾਂਗੇ ਫਿਰ। ਹੁਣ ਆਪਾਂ ਆ ਗਏ ਗਾਰਡਨ ਵਿੱਚ, ਇੱਥੇ ਆਪਾਂ ਹੁਣ ਪਾ ਰਹੇ ਹਾਂ ਸਵਾਹ ਰੇ ਬਣ ਕੇ। ਉਹ ਹਾਂਜੀ, ਪਹਿਲਾਂ ਗੋਹੇ ਤੋਂ ਪਾਥੀਆਂ ਬਣਾਈਆਂ, ਪਾਥੀਆਂ ਤੋਂ ਫਿਰ ਬਾਲ ਕੇ ਬਣ ਗਈ ਸਵਾਹ, ਅਤੇ ਹੁਣ ਸਵਾਹ ਦਾ ਵੀ ਯੂਜ਼ ਕਰ ਰਹੇ ਹਾਂ ਇੱਧਰ ਬੂਟਿਆਂ ਦੇ ਵਿੱਚ, ਤਾਂ ਵਧੀਆ ਰੀਸਾਈਕਲ ਹੋ ਰਹੀ ਹੈ। ਕਹਿੰਦੇ ਮਿੱਟੀ ਮਿੱਟੀ 'ਚ ਰੁਲ ਜਾਂਦੇ, ਉਹ ਤਾਂ ਬੰਦੇ ਵਾਸਤੇ ਬਣਿਆ ਨਾ, ਵੀ ਬੰਦਾ ਮਿੱਟੀ ਤੋਂ ਬਣਦਾ ਅਤੇ ਮਿੱਟੀ 'ਚ ਰੁਲ ਜਾਂਦਾ। ਇੱਧਰ ਹੁਣ ਜਿਹੜੀਆਂ ਪਾਥੀਆਂ ਬਣਾਈਆਂ ਆ ਦੇਖੋ, ਇੰਨੀਆਂ ਹੋ ਗਈਆਂ, ਅਤੇ ਇਹਨਾਂ ਪਾਥੀਆਂ ਦੀ ਹੀ ਸਵਾਹ ਬਣੀ ਆ ਜਿਹੜੀ ਅੱਜ ਪਾ ਰਹੇ ਹਾਂ ਇੱਧਰ ਬੂਟਿਆਂ ਦੇ ਵਿੱਚ, ਜਿਹੜੀ ਸਬਜ਼ੀ ਬੀਜੀ ਹੋਈ ਆ ਉਹਦੇ ਵਿੱਚ। ਇੱਧਰ ਆਪਾਂ ਬੀਜਿਆ ਸੀਗਾ ਲਸਣ, ਇੱਧਰ ਲਸਣ ਦੇ ਵਿੱਚ ਪਾ ਦੇ। ਮੁਰਗੇ ਦੇਖ ਰਹੇ ਵੀ ਸਾਡੇ ਲਈ ਕੋਈ ਚੀਜ਼ ਆਈ ਹੈ ਲੱਗਦਾ। ਇਹ ਬੈਂਗਣਾਂ ਨੂੰ ਪਾਣੀ ਨਹੀਂ ਲਾਇਆ, ਸੁੱਕੇ ਜੇ ਪਏ। ਹੁਣ ਤਾਂ ਫਿਰ ਅੱਜ ਤਾਂ ਦੋ ਦਿਨ ਤਾਂ ਸਾਗ ਚੱਲੂਗਾ, ਕੱਲ੍ਹ ਤੋੜ ਲਾਂਗੇ ਜਦੋਂ ਬਣਾਉਣੇ। ਫਰੈਸ਼ ਫਰੈਸ਼
जी लसन अपना पूरा उग गया, लसन की लसन चोदियो पूरा बढ़ गया या गैस क्यारी दे विच भी पाती है हुन विच पालक देसी सरों आ भी बिजी है इते जेड़ी मेथी फिर भी मेथी दी रह गई है मैं ध्यान ना तुरी जानी है देखो तो सही तो सही नहीं आ मैं कहता हूं अभी आ वट तो खाली है खाली नहीं लो हुन मैं उड के तो उड़ रही हाल आलू जड़े बीजे सी लाल वाले आलू एडे एडे हो गए प्लांट हम उड के होना पै करूगा भी इतने तो सारे बीजते तो हम पापिया आए थे नाले गार्डन का सर्वे कर लिया कि बूटा किन्ना हो गया सारा तो हूँ लैके जाने पाथियाँ फिर इन्हों की बनूगी सवाह फिर इधर पा देंगे गार्डन के ਜਾ ਗੈਰੇਜ ਰਹਿ ਗਿਆ ਇਹ ਵੀ ਭਰ ਜੂਗਾ ਥੋੜੇ ਦਿਨਾਂ ਬਾਅਦ ਹੋਰ ਇੱਥੇ ਵਧੀਆ ਸੁੱਕੀ ਜਾਂਦੀਆਂ ਹਵਾ ਕ੍ਰੋਸ ਹੁੰਦੀ ਹੈ ਹਾਂਜੀ ਨਹੀਂ ਇੰਨੀ ਤਾਂ ਕੀ ਲੋੜ ਹੈ ਨਾਲ ਲੱਕੜਾਂ ਵੀ ਤਾਂ ਹੈਗੀਆਂ ਹੀ ਹੈ ਨਾਲ ਦੱਬ ਕੇ ਬਾਲੋ ਦੱਬ ਕੇ ਬਾਲੋ ਲੋਕਾਂ ਨੂੰ ਦਿਓ ਨੇ ਦੱਬ ਕੇ ਬਾਲ ਲਓ ਤੁਸੀਂ ਅਸੀਂ ਅੱਛਾ ਕਬੂਤਰ ਬੈਠਣ ਵਾਸਤੇ ਲਾ ਤਾ ਉੱਤੇ पंछी तो पसेकिया करनगे इत आके लो पंछी तो पसेकन वास्ते लाया अमरूदा तो चढ़ा दो ना नैट जा हो चिड़िया खा जांदियां तां करके हुण इन्हां ते चढ़ाने पैने कवर जे ਇੱਥੇ ਵੀ ਧਿਆਨ ਨਾਲ ਤੁਰਨਾ ਪੈਂਦਾ ਵੱਟਾਂ 'ਤੇ ਵੀ ਬੀਜ ਰੱਖੇ ਆ ਆਪਾਂ ਦੇਖ ਲਓ ਆ ਤਾਂ ਫਿਰ ਇਹਨਾਂ 'ਤੇ ਤਾਂ ਵਾਹਵਾ ਚੜਾਉਣੇ ਪੈਣਗੇ ਆ ਵੀ ਤਾਂ ਕਹਿ ਦਿੰਦੇ ਲੈ ਜੀ ਜੰਤੂਆਂ ਨੇ ਵੀ ਇੱਥੇ ਹੀ ਖਾਣਾ ਉਹ ਵੀ ਇਸ ਸੰਸਾਰ 'ਚ ਆਈ ਆ चिड़िया टुक जाएगा इन्हें हूँ इतने ज नैट पाना पेगा जहाँ तो जोड़े कवर है वह चढ़ाने पैणगे चिड़िया तो बचाव वास्ते देखो जी छिटिया की पटाई फिर लदनिया फिर घर लाइनिया कि महंगा पैदा है वो बहुत काफ़ी महंगा हो गई हूँ तो पटाई बहुत ज़्यादा हो गई है तो इस नो आह आप बनाईया जड़िया पाथियाँ तो ये बाल ले दियाँ ਤੇ ਤੇ ਬਹੁਤ ਵਧੀਆ ਆ ਨਾਲੇ ਤੇ ਜਿਹੜਾ ਵੇਸਟ ਮਟੀਰੀਅਲ ਹੈ ਗੋਆ ਜਿਹੜਾ ਉਹ ਵੀ ਕੰਮ ਆ ਜਾਂਦਾ ਫਿਰ ਇਹਨਾਂ ਦੀ ਸਵਾਹ ਬਣਦੀ ਆ ਉਹ ਆਪਾਂ ਪਾ ਦਿੱਤੀ ਗਾਰਡਨ ਦੇ ਵਿੱਚ ਤੇ ਕਿੰਨੀ ਵਧੀਆ ਚੀਜ਼ ਹੈ ਇਹਦੇ ਵਿੱਚ ਕੋਈ ਹਜ਼ਾ ਨਹੀਂ ਆਪਦਾ ਘਰ ਦਾ ਕੰਮ ਕਰਨ ਦੇ ਵਿੱਚ ਕੋਈ ਹਜ਼ਾ ਨਹੀਂ ਹੁੰਦਾਗਾ ਤੇ ਦੇਖੋ ਜੀ ਆ ਵਧੀਆ ਬਣੀਆਂ ਹੋਈਆਂ ਆ ਹੁਣ ਇਹ ਸੁੱਕੜੀਆਂ ਸ਼ੁਰੂ ਹੋ ਗਈਆਂ ਅਸੀਂ ਇੱਕ ਦੋ ਦਿਨਾਂ ਬਾਅਦ ਇਹ ਲੈ ਜਾਈਦੀਆਂ ਤਾਂ ਬਾਲ ਲਈਦੀਆਂ ਵਧੀਆ ਪਾਣੀ ਗਰਮ ਹੋ ਜਾਂਦਾ ਆ ਨਾਲੇ ਤਾਂ ਬਿਜਲੀ ਦੀ ਬੱਚਤ ਹੋ ਜਾਂਦੀ ਹੈ ਇਸ ਨਾਲ ਕਿਉਂਕਿ ਆਪਾਂ ਜੇ ਪਾਣੀ ਵਾਲੇ ਜਿਹੜੇ ਗੀਜਰ ਆ ਉਹ ਵੀ ਲਾਉਂਦੇ ਹਾਂ ਇਲੈਕਟ੍ਰੋਨਿਕ ਹੈ ਜਾਂ ਸਿਲੰਡਰ ਵਾਲੇ ਆ ਉਹ 'ਤੇ ਵੀ ਤਾਂ ਖਰਚਾ ਆਉਂਦਾ ਹੀ ਆ ਅਤੇ ਇਹ ਘਰ ਹੀ ਤਿਆਰ ਕਰਕੇ ਇਹਨਾਂ ਨੂੰ ਬਾਲ ਲਈਦਾ ਪਾਣੀ ਵਧੀਆ ਗਰਮ ਹੋ ਜਾਂਦਾ ਚਲੋ ਜੀ ਤੁਸੀਂ ਵੀ ਦੱਸਿਓ ਕਮੈਂਟ ਕਰਕੇ ਕਿਵੇਂ ਲੱਗੀ ਸਾਡੀ ਇਹ ਮਿਹਨਤ ਅਤੇ ਠੀਕ ਹੈ ਜੀ ਇਸ ਵਲੋਗ ਦਾ ਐਂਡ ਆਪਾਂ ਇੱਥੇ ਕਰਦੇ ਹਾਂ ਮਿਲਦੇ ਨੈਕਸਟ ਵਲੋਗ ਵਿੱਚ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ